ਪ੍ਰੋਗਰਾਮ ਅੱਜ ਦੀ ਗੱਲ 'ਚ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅਸੀਂ ਅੱਜ ਦੀ ਗੱਲ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਚਰਚਾ ਕਰਨੀ ਹੈ ਨੌਜਵਾਨ ਪੀੜ੍ਹੀ ਦੇ ਉਸ ਸੁਪਨੇ ਦੀ ਜਿਹੜਾ ਸੁਪਨਾ ਹੈ ਟੈਕਨੋਲੋਜੀ ਦੇ ਖੇਤਰ ਨਾਲ ਜੁੜਿਆ ਨੌਜਵਾਨ ਪੀੜ੍ਹੀ ਜਦੋਂ ਸੁਪਨਿਆਂ ਦੀ ਉਡਾਨ ਭਰਦੀ ਹੈ ਤੇ ਸੱਚੀ ਮੁੱੱਚੀ ਦੇਸ਼ ਦੀ ਤਰੱਕੀ ਨੂੰ ਵੀ ਖੰਭ ਲੱਗ ਜਾਂਦੇ ਨੇ ਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ IIT ਰੋਪੜ ਦਾ ਆਪਣਾ ਇੱਕ ਵੱਖਰਾ ਮੁਕਾਮ ਹੈ ਜਿਸ ਨੇ ਅਲੱਗ-ਅਲੱਗ ਖੇਤਰ 'ਚ ਥੋੜੇ ਹੀ ਸਮੇਂ 'ਚ ਵੱਡੀਆਂ ਮੱਲਾਂ ਮਾਰੀਆਂ ਨੇ ਇਸ ਖੇਤਰ ਦੇ ਵਿੱਚ ਜਿੱਥੇ ਵਿਦਿਆਰਥੀਆਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ ਉੱਥੇ ਨਾਲ ਨਾਲ ਉਹਨਾਂ ਦੇ ਸ਼ਖਸੀਅਤ ਦੇ ਨਿਖਾਰ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਤੇ ਅੱਜ ਅਸੀਂ ਇਹਨਾਂ ਬਾਰੇ ਹੀ ਗੱਲਬਾਤ ਕਰਨੀ ਹੈ ਸਾਡੇ ਸਟੂਡੀਓ ਦੇ ਵਿੱਚ ਅੱਜ ਇਸਤੇ ਬਾਰੇ ਗੱਲਬਾਤ ਕਰਨ ਲਈ ਜਿਹੜੇ ਸਾਡੇ ਸ਼ਖਸੀਅਤ ਪਹੁੰਚੇ ਨੇ ਉਹ ਹਨ ਪ੍ਰੋਫੈਸਰ ਡਾਕਟਰ ਜੀਵ ਅਹੋਜਾ ਜੀ ਜਿਹੜੇ ਕਿ ਆਈਆਈਟੀ ਰੋਪੜ ਦੇ ਡਾਇਰੈਕਟਰ ਸਹਿਬਾਨ ਹਨ ਅਸੀਂ ਉਹਨਾਂ ਦਾ ਇਸ ਇੱਥੇ ਪਰਪੂਰ ਸਵਾਗਤ ਕਰਦੇ ਹਾਂ ਔਰ ਡਾਇਰੈਕਟਰ ਸਾਹਿਬ ਜਦੋਂ ਅਸੀਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਖੰਭ ਲਾਉਣੇ ਨੇ ਤਾਂ ਉਹਦੇ ਲਈ ਮੈਨੂੰ ਲੱਗਦਾ ਕਿ ਪਹਿਲਾਂ ਸਾਡੀਆਂ ਪਰਵਾਜ਼ਾਂ ਜੇ ਉੱਚੀਆਂ ਹੋਣਗੀਆਂ ਤੇ ਅਸੀਂ ਵਿਦਿਆਰਥੀਆਂ ਨੂੰ ਵੀ ਅੱਗੇ ਲੈ ਜਾ ਸਕਦੇ ਹਾਂ ਤੇ ਮੈਂ ਦੱਸਣਾ ਚਾਹਾਂਗੀ ਕਿ ਡਾਕਟਰ ਜੀਵ ਅਹੋਜਾ ਜੀ ਕੰਪਿਊਟੇਸ਼ਨਲ ਮਟੀਰੀਅਲ ਸਾਇੰਸ ਨਾਲ ਸੰਬੰਧਤ ਤੇ ਸਵੀਡਨ ਦੇ ਵਿੱਚ ਇਹਨਾਂ ਨੇ ਉਪਸਾਲਾ ਯੂਨੀਵਰਸਿਟੀ ਦੇ ਵਿੱਚ ਆਪਣੀ ਜਿਹੜੀ ਉਹਥੇ ਜਾ ਕੇ ਆਪਣਾ ਜਿਹੜਾ ਅਧਿਆਪਨ ਦਾ ਪ੍ਰੋਫੈਸਰ ਦਾ ਕੀਤਾ ਵੀ ਕੀਤਾ ਤੇ ਨਾਲ ਨਾਲ ਇਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ IIT ਰੂੜਕੀ ਤੋਂ PhD ਕਰਕੇ ਆਪਣੀ ਜਿਹੜੀ ਇਸ ਸਮਰੱਥਾ ਹੈ ਉਸ ਨੂੰ ਨਿਖਾਰਿਆ ਤੇ ਅੱਜ ਜਦੋਂ ਇਹ ਡਾਇਰੈਕਟਰ ਬਣ ਕੇ ਵਤਨ ਵਾਪਸੀ ਇਹਨਾਂ ਦੀ ਹੋਈ ਹੈ ਆਈਆਈਟੀ ਰੋਪੜ ਦੇ ਵਿੱਚ ਤਾਂ ਇਹਨਾਂ ਨੇ ਵਿਦਿਆਰਥੀਆਂ ਨੂੰ ਜੋ ਇੱਕ ਨਵੀਂ ਦਿਸ਼ਾ ਦਿੱਤੀ ਹੈ ਉਸ ਤੇ ਬਾਰੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਪੁੱਛਣਾ ਚਾਹਾਂਗਾ ਕਿ ਆਈਆਈਟੀ ਰੋਪੜ ਤੇ ਦੇਸ਼ ਦੀਆਂ ਹੋਰ ਆਈਆਈਟੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲੋਂ ਕਿਸ ਤਰ੍ਹਾਂ ਵੱਖਰਾ ਹੈ ਧੰਨਵਾਦ ਹੈ ਪ੍ਰਸ਼ਨ ਪੁੱਛਣ ਵਾਸਤੇ पहले तो मैं धन्यवाद करना ਤੁਹਾਡਾ ਸਭ ਦਾ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਆਈਆਈਟੀ ਇੰਡੀਅਨ ਇੰਸਟੀਟਿਊਟ ਆਫ ਟੈਕਨੋਲੋਜੀ ਹੈ ਦਾ ਪਹਿਲਾ ਜਿਹੜਾ ਆਈਆਈਟੀ ਸੀ ਉਹ 1950 ਵਿੱਚ ਸੈਟਅਪ ਹੋਇਆ ਸੀ ਆਫਟਰ ਇੰਡੀਪੈਂਡੈਂਸ ਖੜਕ ਆਈਆਈਟੀ ਖੜਕਪੁਰ ਜਿਹਨੂੰ ਅਸੀਂ ਬੋਲਦੇ ਹਾਂ ਸਾਡਾ ਸਭ ਤੋਂ ਪੁਰਾਣਾ ਆਈਆਈਟੀ ਹੈ ਫਿਰ ਉਸ ਤੋਂ ਬਾਅਦ ਸਰਕਾਰ ਨੇ 8 ਨਵੇਂ ਨਵੇਂ ਆਈਆਈਟੀ ਬਣਾਈ ਸੀ 2008 ਵਿੱਚ ਤੋ ਆਈਟੀ ਰੋਪੜ ਉਹਦੇ ਵਿੱਚ ਇੱਕ ਆਈਟੀ ਹੈ ਜਿਹੜਾ 2008 ਵਿੱਚ ਸਥਾਪਿਤ ਹੋਈ ਸੀ ਔਰ 2009 ਵਿੱਚ ਅਸੀਂ ਰੋਪੜ ਨੂੰ ਮੂਵ ਕੀਤਾ ਸੀ ਤੇ ਪਿਛਲੇ 13-14 ਸਾਲਾਂ ਤੋਂ ਆਈਟੀ ਰੋਪੜ ਜਿਹੜਾ ਗਰੋ ਕਰ ਰਹੀ ਹੈ ਉਹ ਟੋਟਲੀ ਡਿਫਰੈਂਟ ਡਾਇਰੈਕਸ਼ਨ ਵਿੱਚ ਗਰੋ ਕਰ ਰਹੀ ਹੈ ਅਰੇ ਜਦੋਂ ਅਸੀਂ ਵਿਦਿਆਰਥੀਆਂ ਦੀ ਵਿਕਾਸ ਦੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਕਿ ਉਹਦੇ ਨਿਖਾਰਨ ਜੋ ਸ਼ਖਸੀਅਤ ਨਿਖਾਰਨ ਦੀ ਵੀ ਅਸੀਂ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਤੇ ਉਹਦੇ ਦੋ ਪਹਿਲੂ ਹੈ ਇੱਕ ਤਾਂ ਵਿਦਿਆਰਥੀਆਂ ਦੀ ਜਿਹੜੀ ਪ੍ਰੋਫੈਸ਼ਨਲ ਜਾ ਕਿਤਾ ਮੁਖੀ ਉਹਨਾਂ ਦੀ ਐਜੂਕੇਸ਼ਨ ਦੂਸਰਾ ਉਹਨਾਂ ਦੀ ਜਿਹੜੀ ਇੱਕ ਪਰਸਨੈਲਿਟੀ ਡਵੈਲਪਮੈਂਟ ਹੈ ਸ਼ਖਸੀਅਤ ਦੇ ਵਿੱਚ ਨਿਖਾਰ ਤੇ ਪਹਿਲਾਂ ਜਾਨਣਾ ਚਾਹਾਂਗੇ ਕਿ ਜਿਹੜੇ IIT ਰੋਪੜ ਹੈ ਉਹ ਵਿਦਿਆਰਥੀਆਂ ਦੀ ਪ੍ਰੋਫੈਸ਼ਨਲ ਜਿਹੜੀ ਉਹਨਾਂ ਦੀ ਐਜੂਕੇਸ਼ਨ ਹੈ ਜਿਹਨਾਂ ਅੱਗੇ ਜਾ ਕੇ ਉਹਨਾਂ ਨੇ ਜੋ ਭਵਿੱਖ ਦੇ ਵਿੱਚ ਕਰਨਾ ਹੈ ਉਹਦੇ ਵਾਸਤੇ ਕਿਹੜੇ ਕਿਹੜੇ ਕੋਰਸਸ ਨੇ ਕਿਹੜੇ ਕਿਹੜੇ ਪ੍ਰੋਗਰਾਮਸ ਨੇ ਐਜੂਜੀ ਲੈਵਲ ਦੇ ਪੀਜੀ ਲੈਵਲ ਦੇ ਜਿਹੜੇ ਕਿ ਵਿਦਿਆਰਥੀ ਚੁਣਦੇ ਆ ਤੇ ਫਿਰ ਉਸ ਤੇ ਅੱਗੇ ਕੰਮ ਕਰਦੇ ਆ सी आईआईटी जब नमी आईआईटी हैगी तो सी आईआईटी तेरह डिफरेंट डिपार्टमेंट हैं तेरह डिपार्टमेंट सू जी प्रोग्राम चलते मास्टर प्रोग्राम चलते पीएचडी प्रोग्राम हैं तो जिससे इंजीनियरिंग की ब्रांच की गर्व करने साइंस है मकैनिकल इंजीनियरिंग इलैक्टीकल इंजीनियरिंग सिविल इंजीनियरिंग कैमिकल इंजीनियरिंग और बायोमेडिकल इंजीनियरिंग और मेटोलॉजी इंजीनियरिंग और फिर सौ साइंस के भी डिपार्टमेंट हैं जमें फिजिकस कैमिस्ट्री ਮੈਥਮੈਟਿਕਸ ਹੋ ਗਿਆ ਤੇ ਉਤੇ ਸਾਡੇ ਨਾਲ ਨਾਲ ਅਸੀਂ ਐਚ ਐਸ ਹਿਊਮਨ ਸਾਇੰਸ ਡਿਪਾਰਟਮੈਂਟ ਵੀ ਸਾਡੇ ਕੋਲ ਲੇਗਾ ਜਿਹੜਾ ਸਟੂਡੈਂਟ ਨੂੰ ਹਿਊਮਨ ਅਸਪੈਕਟ ਦੇ ਬਾਰੇ ਵਿੱਚ ਵੀ ਸਮਝਾਉਂਦਾ ਹੈ ਨਾ ਕਿ ਕੇਵਲ ਟੈਕਨੋਲੋਜੀ ਤੇ ਸਾਇੰਸ ਦੇ ਬਾਰੇ ਵਿੱਚ ਸੋ ਇਸ ਵਾਰ ਸੇ ਆਈਟੀ ਜਿਹੜਾ ਹੈ ਕਿ ਇੱਕ ਇੱਕ ਕੰਪਲੀਟ ਐਜੂਕੇਸ਼ਨ ਪੈਕੇਜ ਦਿੰਦਾ ਸਾਡੇ ਸਟੂਡੈਂਟ ਨੂੰ ਐਂਡ ਸੋ ਇੱਕ ਸਾਡੀ ਆਈਟੀ ਰੋਪੜ ਜੀ ਬਿਲਕੁਲ ਡਿਫਰੈਂਟ ਚੀਜ਼ ਹੈ ਕਿ ਦੂਜੀ ਆਈਟੀ ਦੇ ਕੰਪੇਅਰ ਕਿ ਅਸੀਂ ਆਪਣੇ ਸਟੂਡੈਂਟ ਨੂੰ Uh, साल इस दो बार इंटर्नशिप कराने जबकि भी छे छः महीने की स्टूडेंट जोड़े कंपनी जा जाके कंपनी जाके कुछ सीख गए छः छः महीने गए तो नहीं। उस 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 ख्याल आई आई टी रोपड़ बिल्कुल डिफरेंट आई आई टी है कंपेर टू जो और जी आई आई टी ने सो ए थोड़ा डिफरेंट है जो अस आई आई टी रोपड़ कर रहे हैं जो दूजी आई आई टी से नहीं करते दूजा मैं दसना चाहता कि आई आई टी है ਅਸੀਂ ਵਰਲਡ ਕਲਾਸ ਇੰਜੀਨੀਅਰ ਪ੍ਰੋਡਿਊਸ ਕਰਨੇ ਆ ਵੈਲ ਨੋਨ ਹੈਗਾ ਬਟ ਸਾਡੀ IIT ਇਹ ਜਿਹੜਾ ਗਰੋ ਕਰ ਰਹੀ ਹੈ ਅਸੀਂ ਇੰਜੀਨੀਅਰ ਤਾਂ ਪ੍ਰੋਡਿਊਸ ਕਰ ਰਹੇ ਆ ਵਰਲਡ ਕਲਾਸ ਬਟ ਅਸੀਂ ਰਿਸਰਚ ਤੇ ਇਨੋਵੇਸ਼ਨ ਤੇ ਜ਼ਿਆਦਾ ਧਿਆਨ ਦੇ ਰਹੇ ਹਾਂ ਸੋ ਰਿਸਰਚ ਤੇ ਇਨੋਵੇਸ਼ਨ ਇਜ਼ ਦਾ ਫਿਊਚਰ ਐਂਡ ਇਵਨ ਸਾਡੇ ਪ੍ਰਧਾਨ ਮੰਤਰੀ ਜੀ ਵੀ ਹਮੇਸ਼ਾ ਰਿਸਰਚ ਤੇ ਇਨੋਵੇਸ਼ਨ ਦੀ ਗੱਲ ਕਰਦੇ ਆਂ ਸੋ ਅਸੀਂ ਉਸੇ ਡਾਇਰੈਕਸ਼ਨ ਵਿੱਚ ਜਾ ਰਹੇ ਹਾਂ ਜੇ ਤੁਸੀਂ ਰਿਸਰਚ ਤੇ ਇਨੋਵੇਸ਼ਨ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਖੁਦ 30 ਜਿਹੜੀਆਂ ਸਟੂਡੈਂਟਸ ਨੂੰ PhD ਗਾਈਡ ਕੀਤਾ ਤੇ ਤੁਸੀਂ ਪੋਸਟ ਜਿਹੜੇ ਹੋਰ ਵੀ ਬਹੁਤ ਸਾਰੇ ਰਿਸਰਚ ਪ੍ਰੋਗਰਾਮਸ ਦੇ ਵਿੱਚ ਸਟੂਡੈਂਟ ਦੇ ਗਾਈਡ ਦੇ ਤੌਰ ਤੇ ਕੰਮ ਕੀਤਾ ਹੈ ਤੇ ਆਪਣੇ ਇਸ IIT ਸੰਸਥਾ ਦੇ ਵਿੱਚ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਤੁਹਾਨੂੰ ਲੱਗਦਾ ਕਿ ਰਿਸਰਚ ਦੇ ਖੇਤਰ ਚ ਹਨ ਤੇ ਉਹਨਾਂ ਨੂੰ ਇਹਨਾਂ ਚੁਣੌਤੀਆਂ ਨੂੰ ਪੂਰਾ ਕਰਨ ਲਈ ਉਹਨਾਂ ਦੇ ਅਧਿਆਪਕ ਕਿੰਨੇ ਕੁ ਜ਼ਿਆਦਾ ਉਹਨਾਂ ਲਈ ਯੋਗਦਾਨ ਦੇ ਰਿਹਾ ਔਰ ਉਹਨਾਂ ਦੀ ਪਰਸਨੈਲਿਟੀ ਡਵੈਲਪਮੈਂਟ ਇਹਦੇ ਨਾਲ ਕਿਵੇਂ ਹੋ ਰਹੀ ਹੈ ਦੇਖੋ ਰਿਸਰਚ ਇਨੋਵੇਸ਼ਨ ਜਿਹੜਾ ਅਸੀਂ ਕਰਦੇ ਹਾਂ ਜਿਹੜੇ ਰਿਸਰਚ ਕਰਦੇ ਹਾਂ ਪਹਿਲੇ ਅਸੀਂ ਰਿਸਰਚ ਕਰਦੇ ਸੀ ਕਿ ਉਹ ਪੇਪਰ ਵਿੱਚ ਪਬਲਿਸ਼ ਹੋ ਕੇ ਰਹਿ ਜਾਂਦਾ ਸੀ ਹੁਣ ਅਸੀਂ ਇਸ ਰਿਸਰਚ ਨੂੰ ਕਹਿੰਦੇ ਹਾਂ ਟ੍ਰਾਂਸਲੇਸ਼ਨਲ ਰਿਸਰਚ ਟ੍ਰਾਂਸਲੇਸ਼ਨ ਰਿਸਰਚ ਮਤਲਬ ਕਿ ਤੁਸੀਂ ਉਹਦੇ ਬੇਸ ਤੇ ਕੁਝ ਪ੍ਰੋਡਕਟ ਬਣਾਉਂਦੇ ਹੋ ਕੁਝ ਪ੍ਰੋਟੋਟਾਈਪ ਬਣਾਉਂਦੇ ਹੋ ਤਾਂ ਉਹ ਕਿਵੇਂ ਆਮ ਆਦਮੀ ਦੀ ਜਿੰਦਗੀ 'ਚ ਹੈਲਪ ਕਰਦਾ ਹੈ ਉਹ ਇੰਪੋਰਟੈਂਟ ਹੁੰਦਾ ਹੈ ਉਸ ਤੇ ਅਸੀਂ ਜਿਆਦਾ ਜ਼ੋਰ ਦੇ ਰਹੇ ਹਾਂ ਜਿਹੜੀ ਰਿਸਰਚ ਜਿਹੜੀ ਅਸੀਂ ਕੀਤੀ ਹੈ ਉਹਨੂੰ ਇਨੋਵੇਸ਼ਨ ਕਿਵੇਂ ਲਿਆਈ ਹੈ ਨਾ ਅਸੀਂ ਨਵੇਂ ਨਵੇਂ ਇਨੋਵੇਸ਼ਨ ਕਰ ਰਹੇ ਹਾਂ ਜਿਹੜੇ ਆਮ ਆਦਮੀ ਨੂੰ ਹੈਲਪ ਕਰਦੇ ਨੇ ਸਪੈਸ਼ਲੀ ਪੰਜਾਬ ਦੀ ਗੱਲ ਕਰੋ ਤਾਂ ਕਿ ਪੰਜਾਬ ਵਿੱਚ ਜਿਵੇਂ ਸਾਡੇ ਛੋਟੇ ਕਿਸਾਨ ਇਹਨਾਂ ਕਿਸਾਨਾਂ ਨੂੰ ਕਿਵੇਂ ਹੈਲਪ ਕਰ ਰਹੇ ਹਨ ਅਗਰ ਤੁਸੀਂ ਬੜੇ-ਬੜੇ ਸ਼ਹਿਰਾਂ 'ਚ ਜਾਓ ਤਾਂ ਪੋਲੂਸ਼ਨ ਦੀ ਪ੍ਰੋਬਲਮ ਹੈ ਕੀ ਆਸੀ ਆਪਣੇ ਪੋਲੂਸ਼ਨ ਦੀ ਪ੍ਰੋਬਲਮ ਨੂੰ ਕਿਵੇਂ ਆਸੀ ਸੋਲਵ ਕਰ ਸਕਦੇ ਆ ਆਪਣੇ ਘਰ ਦੇ ਅੰਦਰ ਦੀ ਪੋਲੂਸ਼ਨ ਦੀ ਵੀ ਗੱਲ ਕਰਦੇ ਆ ਸੋ ਆਸੀ ਕੀ ਕਰਦੇ ਆ ਕਿ ਆਸੀ ਇਨੋਵੇਸ਼ਨ ਨਾਲ ਕਿ ਘਰ ਦੇ ਅੰਦਰ ਜਿਹੜੀ ਹਵਾ ਹੈ ਉਹਨੂੰ ਕਿਵੇਂ ਆਸੀ ਕਲੀਨ ਕਰੀਏ ਇਨ ਦਾ ਗ੍ਰੀਨ ਵੇ ਸੋ ਕੋਈ ਕੋਈ ਆਸੀ ਕੋਈ ਕੋਈ ਕੈਮੀਕਲ ਨਹੀਂ ਯੂਜ਼ ਕਰਨਾ ਚਾਹਦੇ ਕੇਵਲ ਪlant based ਟੈਕਨੋਲੋਜੀ ਯੂਜ਼ ਕਰਕੇ ਆਸੀ ਆਪਣੇ ਘਰ ਦਾ এনਵਾਇਰਨਮੈਂਟ ਨੂੰ ਵੀ ਠੀਕ ਕਰ ਸਕਦੇ ਆ ਉਤੇ ਇਹ ਬੜੀ ਸਮੇਂ ਦੀ ਲੋੜ ਆ ਕਿ ਅਸੀਂ ਖੇਤੀਬਾੜੀ ਤਕਨੀਕ ਨੂੰ ਵਿਕਸਿਤ ਕਰਨ ਦੇ ਵਿੱਚ ਯੋਗਦਾਨ ਪਾਈਏ ਤੇ ਇਸ ਤਰ੍ਹਾਂ ਹੋਏਗਾ ਕਿ ਤੁਹਾਡੇ IIT ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਪਿੰਡੂ ਖੇਤਰਾਂ ਨਾਲ ਵੀ ਸਬੰਧਤ ਹੋਣਗੇ ਤੇ ਉਹਨਾਂ ਜਾਂ ਫਿਰ ਉਹ ਜਾ ਕੇ ਕਦੀ ਸਪੈਸ਼ਲੀ ਜੇ ਨਵੇਂ ਵੀ ਹਨ ਤੇ ਪਿੰਡਾਂ ਦੇ ਜਿਹੜੇ ਖੇਤੀਬਾੜੀ ਨਾਲ ਜੁੜੇ ਕਿਸਾਨ ਆ ਉਹਨਾਂ ਨੂੰ ਨਵੀਆਂ ਤਕਨੀਕਾਂ ਤੋਂ ਵੀ ਜਾਣੂ ਕਰਵਾਉਂਦੇ ਹੋਣਗੇ ਯੈਸ ਕਿਉਂਕਿ ਸਾਡੇ ਕੋਲ IIT ਰੋਪੜ ਦੇ ਵਿੱਚ ਇੱਕ ਸਾਡੇ ਇੱਕ ਇੱਕ ਟੈਕਨੋਲੋਜੀ ਇਨੋਵੇਸ਼ਨ ਹੱਬ ਹੈਗਾ ਸਾਡੇ ਕੋਲ ਅ ਜਿਹਦਾ ਮੇਨ ਏਮ ਹੈ ਕਿ ਐਗਰੀਕਲਚਰ ਤੇ ਵਾਟਰ ਮੈਨੇਜਮੈਂਟ ਸੋ ਅਸੀਂ ਰੋਪੜ ਅਸੀਂ 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 ਇੱਕ ਇੱਕ ਸੈਂਟਰ ਇਸਟੈਬਲਿਸ਼ ਕੀਤਾ ਹੈ ਉਹਨੂੰ ਬੋਲਦੇ ਆ ਅਸੀਂ ਰੂਰਲ ਟੈਕਨੋਲੋਜੀ ਐਂਡ ਸਕਿੱਲ ਡਵੈਲਪਮੈਂਟ ਤੋ ਅਸੀਂ ਉਹਨ ਦੋਨੋਂ ਇਸ ਸੈਂਟਰ ਦੇ ਵਿੱਚ ਅਸੀਂ ਕੇਵਲ ਉਹਲੀ ਪ੍ਰੋਬਲਮ ਲੈ ਰਹੀਆਂ ਜੋੜੇ ਸਾਡੇ ਕਿਸਾਨਾਂ ਨੂੰ ਫੇਸ ਫੇਸ ਕਰ ਰਹੇ ਨੇ ਅਜਕਲ ਕਿ ਇਹਨਾਂ ਨੂੰ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਕਿ ਕਿਸੇ ਕਿਸਾਨ ਨੂੰ ਆਪਣੀ ਸੋਇਲ ਦੀ ਟੈਸਟਿੰਗ ਕਰਾਣੀ ਹੈ ਤਾਂ ਅਸੀਂ ਛੋਟੇ ਐਪ ਅਸੀਂ ਐਪ ਡਵੈਲਪ ਕੀਤੇ ਨੇ ਤੇ ਛੋਟੇ ਛੋਟੇ স্মਲ ਡਿਵਾਈਸ ਡਵੈਲਪ ਕੀਤੇ ਨੇ ਉਹ ਜਿਹੜਾ ਕਿਸਾਨ ਹੈ ਉਹਨੂੰ ਜ਼ਮੀਨ ਵਿੱਚ ਪਾ ਕੇ ਇਹਦੇ ਨੋਬ ਹੁੰਦੀਆਂ ਨੇ ਪਾ ਕੇ ਉਹਦੇ ਜਿਹੜੇ ਜ਼ਮੀਨ ਦੇ ਜਿੰਨੇ ਵੀ ਇੰਪੋਰਟੈਂਟ ਪੈਰਾਮੀਟਰ ਹਨ ਉਹ ਉਹਦੇ ਉਹਦੇ ਫੋਨ ਦੇ ਵਿੱਚ ਐਪ ਵਿੱਚ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਡਿਸਾਈਡ ਕਰ ਸਕਦਾ ਹੈ ਕਿ ਮੈਂ ਕਿਹੜੀ ਫਸਲ ਲਗਾਣੀ ਹੈ ਮੈਂ ਕਿਹੜਾ ਕਿੰਨੇ ਕਿੰਨੇ ਟਾਈਮ ਪਾਣੀ ਦੇਣਾ ਹੈ ਜਿਹੜੀ ਵੀ ਆਲ ਜਿਹੜੀ ਜਿਹੜੀ ਜ਼ਰੂਰਤਾਂ ਕਿਸਾਨ ਨੂੰ ਚਾਹੀਦੀਆਂ ਬੀਜ ਬੋਂ ਤੋਂ ਪਹਿਲੇ ਉਹਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਏ ਤੇ ਇਹ ਜਿਹੜਾ ਸਾਡਾ ਜਿਹੜਾ ਡਵੈਲਪ ਕੀਤਾ ਹੈ ਬੜਾ ਕਿਫਾਇਤੀ ਹੈ ਸਾਡੇ ਸਡੇ ਮੀਡੀਅਮ ਸਕੇਲ ਦੇ ਸਿਹੜ ਕਿਸਾਨ ਨੇ ਜਾਂ ਛੋਟੇ ਕਿਸਾਨ ਨੇ ਉਹਨੂੰ ਅਫੋਰਡ ਕਰ ਸਕਦੇ ਨੇ 3-4000 ਰੁਪਏ ਚ ਡਿਵਾਈਸ ਖਰੀਦ ਕੇ ਤੋਂ ਉਹਨੂੰ ਯੂਜ਼ ਕਰ ਸਕਦੇ ਨੇ ਤੋਂ ਉਹਨਾਂ ਨੂੰ ਬੜੀ-ਬੜੀ ਕੰਪਨੀਆਂ ਤੇ ਆਪਣੇ ਸੋਇਲ ਟੈਸਟ ਕਰਾਉਣ ਦੇ ਵਾਸਤੇ ਜ਼ਰੂਰਤ ਨਹੀਂ ਪੈਂਦੀ ਮਤਲਬ ਇੱਕ ਪਾਸੇ ਜਿੱਥੇ ਵਿਦਿਆਰਥੀ ਦੀ ਆਪਣੀ ਸ਼ਖਸੀਅਤ ਵੀ ਨਿਖਾਰ ਆਉਂਦਾ ਜਦੋਂ ਕਿਸੇ ਦੀ ਇਸ ਤਰ੍ਹਾਂ ਮਦਦ ਕਰਦਾ ਜਾਂ ਉਸ ਨੂੰ ਚੇਤਨਾ ਪੈਦਾ ਹੁੰਦੀ ਹੈ ਦੂਜੇ ਪਾਸੇ ਸਮਾਜ ਦਾ ਵੀ ਭਲਾ ਹੈ ਕਿ ਉਹ ਖੇਤੀਬਾੜੀ ਦੇ ਖੇਤਰ ਦੇ ਵਿੱਚ ਸਾਡੀਆਂ ਨਵੀਆਂ ਤਕਨੀਕਾਂ ਸਾਨੂੰ ਹੋਰ ਜ਼ਿਆਦਾ ਜਿਹੜੀ ਹੈ ਤਰੱਕੀ ਦੇਣ ਗਿਆ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਆਈਆਈਟੀ ਰੋਪੜ ਦੇ ਵਿੱਚ ਜਿਹੜੇ ਵਿਦਿਆਰਥੀਆਂ ਵਾਸਤੇ ਕਿਸ ਤਰ੍ਹਾਂ ਦੀਆਂ ਉਹਨਾਂ ਦੀ ਜਿਵੇਂ ਪਰਸਨੈਲਿਟੀ ਡਵੈਲਪਮੈਂਟ ਦੀ ਜੇ ਗੱਲ ਕਰਦੇ ਹਾਂ ਅਸੀਂ ਤਾਂ ਕਿ ਉਹਨਾਂ ਵਾਸਤੇ ਕੋਈ ਟੈਕਨੀਕਲ ਫੈਸਟੀਵਲ ਜਾਂ ਇਦਾਂ ਦਾ ਆਦਾਨ ਪ੍ਰਦਾਨ ਵਿਚਾਰਾਂ ਦਾ ਕਰਨ ਲਈ ਕਿਸ ਤਰ੍ਹਾਂ ਦੇ ਤੁਸੀਂ ਜਿਹੜੇ ਮੌਕੇ ਪੈਦਾ ਕਰਦੇ ਹੋ ਅੱਛਾ ਅੱਛਾ ਸਾਡੇ ਆਈਆਈਟੀ ਚ ਸਟੂਡੈਂਟ ਦੇ ਡਿਫਰੈਂਟ ਡਿਫਰੈਂਟ ਕਲੱਬ ਹੁੰਦੇ ਨੇ ਟੈਕਨੋਲੋਜੀ ਵਾਲਾ ਇੱਕ ਕਲੱਬ ਹੈ ਫੋਟੋਗ੍ਰਾਫੀ ਦਾ ਕਲੱਬ ਹੈ ਐਂਡ ਸੰਗੀਤ ਮਿਊਜ਼ਿਕ ਦਾ ਕਲੱਬ ਹੈਗਾ ਬੁੱਕ ਰਾਈਟਿੰਗ ਦਾ ਕਲੱਬ ਹੈ ਤੋ ਇਸ ਤਰ੍ਹਾਂ ਸਾਡੇ 7-8 ਕਲੱਬ ਹੁੰਦੇ ਨੇ ਜਿਸ ਨਾਲ ਦੀ ਪੂਰੇ ਸਾਲ ਬਾਅਦ ਐਕਟੀਵਿਟੀ ਚੱਲਦੀ ਰਹਿੰਦੀ ਹੈ ਬਟ ਜਿਹੜੇ ਇੰਸਟੀਚਿਊਟ ਲੈਵਲ ਤੇ ਜਿਹੜੇ ਮੇਨ ਇਵੈਂਟ ਹੁੰਦੇ ਨੇ ਤੇ ਇੱਕ ਸਾਡਾ ਇੱਕ ਹੁੰਦਾ ਹੈ ਕਲਚਰਲ ਫੈਸਟ ਹੁੰਦਾ ਹੈ ਤੇ ਕਲਚਰਲ ਫੈਸਟ ਵਿੱਚ ਕੇਵਲ ਆਈਆਈਟੀ ਰੋਪੜ ਦੇ ਲੋਕ ਹੀ ਨਹੀਂ ਪਾਰਟਿਸਿਪੇਟ ਕਰਦੇ ਅਸੀਂ ਦੂਜੇ ਆਈਆਈਟੀ ਤੋਂ ਵੀ ਦੂਜੇ ਇੰਸਟੀਚਿਊਟ ਤੋਂ ਵੀ ਲੋਕਲ ਇੰਸਟੀਚਿਊਟ ਤੋਂ ਵੀ ਲੋਕਲ ਕਾਲਜ ਤੇ ਤੇ ਲੋਗ ਆਉਂਦੇ ਨੇ ਤੇ ਕੰਪੀਟੀਸ਼ਨ ਹੁੰਦਾ ਕਲਚਰਲ ਸਾਡਾ 3 ਦਿਨ ਦਾ ਇਵੈਂਟ ਚੱਲਦਾ ਫਿਰ ਸਾਡਾ ਟੈਕਨੀਕਲ ਫੈਸਟ ਵੀ ਆਉਂਦਾ ਹੈ ਜਦ ਟੈਕਨੀਕਲ ਫੈਸਟ ਚ ਫਿਰ ਅਸੀਂ ਆਸ-ਪਾਸ ਦੇ ਕਾਲਜ ਅਦਰ IIT ਤੋਂ ਆਉਂਦੇ ਨੇ ਆਪਣੇ ਆਪਣੇ ਜਿਹੜਾ ਪ੍ਰੋਡਕਟ ਡਵੈਲਪ ਕੀਤੇ ਜਿਹੜਾ ਇਨੋਵੇਸ਼ਨ ਕੀਤਾ ਉਹ ਆ ਕੇ ਦਿਖਾਉਂਦੇ ਨੇ ਸਟੂਡੈਂਟ ਲੋਗ ਤਾਂ ਇੱਕ ਤਰ੍ਹਾਂ ਹੋ ਗਿਆ ਫਿਰ ਸਾਡਾ ਇਹ ਖੇਡਾਂ ਦਾ ਵੀ ਸਾਡਾ ਪੂਰਾ ਧਿਆਨ ਰਹਿੰਦਾ ਤੇ ਸਾਡੇ ਕੋਲ ਜਿਹੜੇ ਸਟੇਟ ਆਫ ਦਾ ਆਰਟ ਸਟੇਡੀਅਮ ਹੈ ਸਾਡੇ ਕੋਲ ਫੈਸਿਲਿਟੀ ਹੈ ਤਾਂ ਸਾਡਾ ਸਾਲ ਵਿੱਚ ਇੱਕ ਖੇਲਾ ਦਾ ਵੀ ਫੈਸਟ ਹੁੰਦਾ ਹੈ ਤੇ ਉਹ ਵੀ ਇੰਟਰ ਆਈਆਈਟੀ ਹੁੰਦਾ ਸੋ ਹੋਰ ਆਈਆਈਟੀ ਤੋਂ ਹੀ ਲੋਕ ਆ ਕੇ ਉੱਥੇ ਖੇਲਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਤੋਂ ਐ ਐਨਵਲ ਇਵੈਂਟ ਹੁੰਦਾ ਨੇ ਇਹ ਤਿੰਨ ਬਿਗ ਇਵੈਂਟ ਇਨ ਜਿਹੜਾ ਉਹਨੂੰ ਸਟੂਡੈਂਟ ਦੀ ਪਰਸਨੈਲਿਟੀ ਨੂੰ ਡਵੈਲਪ ਕਰਾਉਣੇ ਚ ਉਹਨੂੰ ਉਹਨੂੰ ਬਹੁਤ ਸਹਾਇਤਾ ਦਿੰਦੇ ਨੇ ਕਿ ਜਿਹੜੇ ਸਾਡੇ ਇੰਜੀਨੀਅਰ ਨੇ ਉਹ ਪੜਾ ਨਹੀਂ ਚ ਨੰਬਰ 1 ਹੈ ਸਾਡੇ ਜਿਹੜੇ ਅਸੀਂ ਕਹਿੰਦੇ ਆ ਕਿ ਆਈਆਈਟੀ ਜਿਹੜੇ ਬੱਚੇ ਆਉਂਦੇ ਉਹ ਤਾਂ ਪੂਰੇ ਇੰਡੀਆ ਦੀ ਕਰੀਮ ਹੈ ਬਿਲਕੁਲ ਸੋ ਉਹ ਤਾਂ ਪੜਾ ਨਹੀਂ ਚ ਬਹੁਤ ਅੱਛੇ ਨੇ ਤਾਂ ਦਾ ਪੂਰਾ ਓਵਰ ਆਲ ਪਰਸਨੈਲਿਟੀ ਡਵੈਲਪਮੈਂਟ ਕਰਨ ਵਾਸਤੇ ਸਾਡੇ ਕੋਲ ਇੱਕ ਦਾ ਐਟ 3 ਫੈਸਟ ਹੁੰਦੇ ਫਿਰ ਅਸੀਂ ਨੰਦੇਕੋਲ ਐਨਐਸਐਸ ਕਰਾਨੇ ਆ ਨਾ ਨੂੰ ਸੋਸ਼ਲ ਐਕਟੀਵਿਟੀਜ਼ ਕਰਾਨੇ ਜੋ ਜਾ ਕੇ ਕਿਸਾਨ ਦੇ ਖੇਤ ਹੀ ਜਾ ਕੇ ਉਹਨਾਂ ਨੂੰ ਕਿਵੇਂ ਹੈਲਪ ਕਰੇ ਜਾ ਸਕਦੀ ਹੈ ਕਿਸਾਨਾਂ ਨੂੰ ਜਾਂ ਜੜੇ ਗਰੀਬ ਬੱਚੇ ਸਾਡੇ ਤੋਂ ਸਾਡੇ ਬੱਚੇ ਨਾ ਨੂੰ ਜਾ ਕੇ ਪੜਾਉਂਦੇ ਵੀ ਹਨ ਸੋ ਅਸੀਂ ਇੱਕ ਐਨਜੀਓ ਵੀ ਸ਼ੁਰੂ ਕੀਤਾ ਹੋਇਆ ਨੰਦਾ ਨਾਂ ਪਛਾਣ ਦੇ ਨਾਮ ਦਾ ਸੰਸਥਾ ਦਾ ਨਾਮ ਪਛਾਣ ਹੈ ਤੋਂ ਉਸ ਗਰੀਬ ਬੱਚੇ ਨੂੰ ਸਾਡੇ ਸਟੂਡੈਂਟ ਜਾ ਕੇ ਪੜਾਉਂਦੇ ਨੰਦਾ ਸਕੂਲ ਚਲਾਉਂਦੇ ਤੇ ਨਾਨੂ ਐਡ ਹੈਲਪ ਕਰ ਦੇਣ ਕਿ ਕਿ ਚੰਨੂ ਚੰਗੇ ਸਕੂਲਾਂ ਚ ਕਿਵੇਂ ਐਡਮਿਸ਼ਨ ਮਿਲ ਜਾਏ। ਤੋਂ ਇਹ ਪਰਸਨੈਲਿਟੀ ਦਾ ਡਵੈਲਪਮੈਂਟ ਦਾ ਮੇਨ ਪਾਰਟ ਹੈ ਤੇ ਕਿ ਬਹੁਤ ਬਹੁਤ ਖੂਬ। ਮਤਲਬ ਤੁਸੀਂ ਇਹ ਟੈਕਨੋਲੋਜੀ ਦੇ ਦੌਰ ਚ ਵਿਦਿਆਰਥੀਆਂ ਨੂੰ ਸਿਰਫ ਇੱਕ ਮਸ਼ੀਨੀ ਜੀਵਨ ਨਹੀਂ ਦਿੰਦੇ। ਤੁਸੀਂ ਉਹਨਾਂ ਦੇ ਅੰਦਰ ਜਿਹੜਾ ਸਮਾਜ ਪ੍ਰਤੀ ਚੇਤਨਾ ਆ ਉਹਨੂੰ ਵੀ ਜ਼ਿਆਦਾ ਨਿਖਾਰਨ ਦਾ ਜਿਹੜਾ ਯੋਗਦਾਨ ਹੈ ਉਹ ਹੈ ਤਾਂ ਕਿ ਫਿਰ ਜਿਹੜਾ ਜਦੋਂ ਅਸੀਂ IIT ਇੰਟਰ ਉਹਨਾਂ ਦੇ ਇੰਟਰ ਫੈਸਟੀਵਲ ਕਰਾਉਨੇ ਆ ਤੇ ਉਹਦੇ ਨਾਲ ਵਿਚਾਰਾਂ ਦਾદાન ਪ੍ਰਦਾਨ ਨਹੀਂ ਹੁੰਦਾ ਤੇ ਟੈਕਨੋਲੋਜੀ ਦੀਆਂ ਨਵੀਆਂ-ਨਵੀਆਂ ਜਿਹੜੀਆਂ ਸਕੀਮਾਂ ਨੇ ਨਵੇਂ-ਨਵੇਂ ਜਿਹੜੇ ਅੱਗੇ ਪ੍ਰੋਜੈਕਟ ਆ ਰਿਹਾ ਉਹਨਾਂ ਬਾਰੇ ਵੀ ਵਿਦਿਆਰਥੀਆਂ ਨੂੰ ਚੇਤਨਾ ਜਿਹੜੀ ਉਹ ਮਿਲਦੀ ਹੈ। ਹਾਂ ਮੇਨ ਤਾਂ ਚੀਜ਼ ਹੁੰਦਾ ਕਲਚਰਲ ਵੀ ਮਿਕਸ ਹੁੰਦਾ ਨਾ। ਉਹਨਾਂ ਕੋਈ ਸਟੂਡੈਂਟ ਆਪ ਕੋਲ ਚ ਨਹੀਂ ਤੁਹਾ ਰਿਹਾ ਕੋਈ ਬੈਂਗਲੌਰ ਤੋਂ ਆ ਰਿਹਾ ਕੋਈ ਅਸਾਮ ਤੋਂ ਆ ਰਿਹਾ ਕੁਝ ਪੰਜਾਬ ਤੋਂ ਤਾਂ ਸਾਰੇ ਮਿਕਸ ਹੋ ਕੇ ਜਿਹੜਾ ਯੂਥ ਸੜਾ ਜਦ ਮਿਕਸ ਹੋਏਗਾ ਇਹ ਆਦਾਨ-ਪ੍ਰਦਾਨ ਕਰੇਗਾ ਤਾਂ ਨੋਲਿਜ ਹੋਰ ਵਧੇਗੀ ਤੇ ਜਿਹੜਾ ਸਾਡਾ ਕਲਚਰਲ ਹੈਰੀਟੇਜ ਹੈ ਉਹ ਵੀ ਵਧ ਡਾਕਟਰ ਹੋਜਾ ਜੀ ਤੁਸੀਂ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਵੀ ਕੀਤੀ ਹੈ ਤੁਸੀਂ ਫੈਲੋ ਆਫ ਰਾਇਲ ਸੁਸਾਇਟੀ ਕੈਮਿਸਟਰੀ ਚੁਣੇ ਗਏ ਹੋ ਲੰਡਨ ਯੂਕੇ ਅਮਰੀਕਾ ਸਾਰੇ ਦੇਸ਼ਾਂ ਦੇ ਨਾਲ ਸੰਬੰਧਤ ਜਿਹੜੀ ਫਿਜ਼ੀਕਲ ਸੁਸਾਇਟੀ ਅਮਰੀਕਨ ਹੈ ਉਹਦੇ ਵੀ ਤੁਸੀਂ ਮਹੱਤਵਪੂਰਨ ਮੈਂਬਰ ਹੋ ਔਰ ਅੰਤਰਰਾਸ਼ਟਰੀ ਸੁਸਾਇਟੀਆਂ ਦੇ ਵਿੱਚ ਤੁਸੀਂ ਜਿਹੜਾ ਸਾਇੰਸ ਦਾ ਜਾਂ ਟੈਕਨੋਲੋਜੀ ਦਾ ਖੇਤਰ ਹੈ ਉਹਦੇ ਵਿੱਚ ਤੁਸੀਂ ਬਹੁਤ ਮਦਦਾਂ ਮਾਰੀਆਂ ਨੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਜਿਹੜਾ ਸਾਡਾ ਨੌਜਵਾਨ ਹੈ ਭਾਰਤੀ ਨੌਜਵਾਨ ਹੈ ਉਹ ਟੈਕਨੋਲੋਜੀ ਦੇ ਖੇਤਰ ਚ ਕਿੱਥੇ ਕਿ ਖੜਾ ਹੈ ਤੇ ਕਿੰਨੀ ਕੁ ਹੋਰ ਉਸ ਨੂੰ ਮਿਹਨਤ ਦੀ ਲੋੜ ਹੈ ਤੇ ਕੀ ਉਹਦੀਆਂ ਚੁਣੌਤੀਆਂ ਹੋਰ ਨੇ ਦੇਖੋ ਜਦ ਟੈਕਨੋਲੋਜੀ ਅਸੀਂ ਗੱਲ ਕਰਦੇ ਹਾਂ ਤੁਸੀਂ ਦੇਖੋਗੇ ਕਿ ਜਿੰਨੇ ਵੀ ਭਾਰਤੀ ਜਿਹੜੇ ਇੰਡੀਅਨ ਜਿਹੜੇ ਬਾਹਰ ਰਹਿੰਦੇ ਸਭ acha ਕਰਦੇ ਹਨ ਤਾਂ ਉਹ ਇੱਥੇ ਵੀ acha ਕਰ ਸਕਦੇ ਹਨ ਸਾਨੂੰ ਕਦੀ ਕਦੀ ਸਾਨੂੰ ਕੋਲ ਜੜੀ ਜ਼ਰੂਰਤ ਇਨ ਜਰਤ ਦੀ ਐਕਸਪੈਰੀਮੈਂਟ ਵਾਸਤੇ ਸਹੂਲਤ ਚਾਹੀਦੀ ਹੈ ਨਾ ਨਹੀਂ ਹੁੰਦੀ ਸੀ ਪਹਿਲੇ ਬਟ ਹੁਣ ਤਾਂ ਸਿਚੁਏਸ਼ਨ ਪੂਰੀ ਚੇਂਜ ਹੋ ਗਈ ਹੈ ਹੁਣ ਤੁਸੀਂ ਮੈਂ ਤੁਹਾਨੂੰ ਦੱਸ ਦੇਣਾ ਕਿ ਹੁਣ ਤਾਂ ਸਾਡੇ ਕੋਲ ਉਹ ਸਾਰੀ ਟੈਕਨੀਕ ਹੈ ਨਾ ਸਾਰੇ ਇਕੁਪਮੈਂਟ ਹੈ ਜਿਹੜੇ ਤੁਸੀਂ ਇੰਡੀਆ ਵਿੱਚ ਬੈਠ ਕੇ ਰਿਸਰਚ ਕਰ ਸਕਦੇ ਹੋ ਸੋ ਤੁਹਾਨੂੰ ਬਾਹਰ ਜਾਣ ਦੀ ਹੁਣ ਜਰੂਰਤ ਨਹੀਂ ਹੈ ਕਿ ਸਾਡਾ ਇੰਡੀਆ ਇਤਨਾ ਡਵੈਲਪ ਹੋ ਗਿਆ ਹੈ ਇਹ ਸਾਡੇ ਕੋਲ ਇਹ ਯੰਗ ਪਪੂਲੇਸ਼ਨ ਹੈਗੀ ਸਾਡੇ ਸਾਡੇ ਜਿਵੇਂ ਐਵਰੇਜ ਏਜ ਲਖੋ ਦੇਖੋ ਇੰਡੀਆ ਦੀ ਵੀ ਆਰ ਵੀ ਆਰ ਵੈਰੀ ਯੰਗ ਕੰਟਰੀ ਤੋ ਸਾਡੇ ਕੋਲ ਵੀ ਆਰ ਯੰਗ ਯੂਥ ਹੈਗਾ ਸਾਡੇ ਕੋਲ ਹੁਣ ਅਸੀਂ ਯੂਥ ਹੈ ਯੂਥ ਨੂੰ ਅਸੀਂ ਕਿਵੇਂ ਸਹੀ ਤਰ੍ਹਾਂ ਸੀ ਉਹਨੂੰ ਰਿਸਰਚ ਤੇ ਇਸ ਟੈਕਨੋਲੋਜੀ ਦੇ ਵਿੱਚ ਕੱਢਣਾ ਹੈ ਉਹਨੂੰ ਕਿਵੇਂ ਅਸੀਂ ਹੈਲਪ ਕਰਾਂਗੇ ਕਿਵੇਂ ਗਾਈਡ ਕਰਾਂਗੇ ਤੋ ਅਸੀਂ ਇਹ ਕਹਿੰਦੇ ਜਦ ਅਸੀਂ ਕਹਿੰਦੇ ਇੰਡੀਆ ਵਿਲ ਬਿਕਮ ਅ ਡਵੈਲਪਡ ਕੰਟਰੀ ਐਂਡ ਥੇਰ ਇਜ਼ ਨੋ ਡਾਊਟ ਬਿਕਾਜ਼ ਵੀ ਹੈਵ ਸੋ ਮੱਚ ਟੈਲੈਂਟ ਤੋ ਅਬ ਅਬ ਹਮਾਰੇ ਪਾਸ ਉਹ ਸਾਰੀ ਸਹੂਲਤਾਂ ਹੈ ਅਮ ਉਨਕੋ ਦੇ ਸਕਤੇ ਹੈ ਔਰ ਉਹ ਇਸ ਖੇਤਰ ਮੇ ਅਗੇ ਜਾ ਸਕਤੇ ਹੈ ਹਾਂ ਜੀ ਠੀਕ ਹੈ ਬਿਲਕੁਲ ਇਹ ਤੁਸੀਂ ਜਿਹੜੀ ਸ਼ਖਸੀਅਤ ਦਾ ਨਿਖਾਰ ਅਸੀਂ ਸਾਡਾ ਜਿੱਦਾਂ ਅਵਿਸ਼ਾ ਹੈ ਅੱਜ ਦਾ ਤੇ ਉਹਦੇ ਵਿੱਚ ਜੇ ਅਸੀਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਉਹਨਾਂ ਦੇ ਆਉਣ ਵਾਲੇ ਕੈਰੀਅਰ ਵਾਸਤੇ ਸੁਚੇਤ ਕਰ ਰਹੇ ਹਾਂ ਨਾਲ ਅਸੀਂ ਉਹਨਾਂ ਦੇ ਅੰਦਰ ਸੋਸ਼ਲ ਅਵੇਅਰਨੈਸ ਵੀ ਪੈਦਾ ਕਰ ਰਹੇ ਹਾਂ ਮੈਂ ਤੁਹਾਡੀ ਗੱਲ ਤੋਂ ਇਸ ਤਰ੍ਹਾਂ ਦਾ ਸਾਨੂੰ ਅਨਮਾਨ ਲੱਗ ਰਿਹਾ ਕਿ ਵਿਦਿਆਰਥੀਆਂ ਦੇ ਪ੍ਰਤੀ ਤੁਸੀਂ ਇਸ ਤਰ੍ਹਾਂ ਸਹੀਰਦ ਹੋ ਅਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਯੂਨੀਵਰਸਿਟੀ ਦੇ ਵਿੱਚ ਪੁਰਾਣੇ ਵਿਦਿਆਰਥੀ ਜਿਹੜੇ ਤੁਹਾਡੇ ਜਾ ਚੁੱਕੇ ਆ ਆਈਆਈਟੀ ਵਾਲੇ ਵਿਦਿਆਰਥੀ ਜਿਹੜੇ ਇੱਥੋਂ ਪਾਸ ਆਊਟ ਕਰਕੇ ਜਾ ਚੁੱਕੇ ਆ ਉਹਨਾਂ ਦਾ ਕੋਈ ਜ਼ਿੰਮੇਵਾਰੀ ਉਹਨਾਂ ਪ੍ਰਤੀ ਉਹਨਾਂ ਦੀ ਸੰਸਥਾ ਪ੍ਰਤੀ ਆ ਤਾਂ ਉਹ ਕਿਸ ਤਰ੍ਹਾਂ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਆ ਕਿਉਂਕਿ ਐਲਮਨਾਇ ਐਸੋਸੀਏਸ਼ਨ ਸਪੈਸ਼ਲੀ ਜਿਹੜਾ ਆਈਆਈਟੀਜ਼ ਸਿਸਟਮ ਇਜ਼ ਵੈਰੀ ਇੰਪੋਰਟੈਂਟ ਹਾਂ ਕਿਉਂਕਿ ਐਲਮਨਾਇ ਇੰਸਟੀਟਿਊਟ ਨੂੰ ਪ੍ਰੈਜ਼ੈਂਟ ਵੀ ਕਰਦੇ ਆ ਉਹ ਸਾਡੇ ਮੈਸੇਂਜਰ ਹੁੰਦੇ ਆ Mm. तो असि उन्हों की गैट टूगैदर होंगे जो आउट स्टूडेंट्स हैं वो के करते हैं जड़े, जड़े स्टूडेंट हने पार्ट रहे हैं उन्होंने हेल्प भी करते हैं कि किमें जॉब कि, कि, कि किस किस कंपनी थे जाना है कितने ट्रेनिंग करनी है और कोई भी कैरीअर रिलेटिड कोई भी हेल्प होती है तो सारे हेल्प करते हैं तो असी साल एलम मीट करते हैं सो हूँ साँ एल मीट अप्रैल के फर्स्ट वीक ही है वो सारे जो एल जड़े आई जी टी रोपड़ तू पास आउट हैं वह आन गए ਉਹ ਆਪਣੇ ਵਿਚਾਰ ਆਪਣੇ ਦੱਸਣਗੇ ਆਪਣੇ ਜਿਹੜੇ ਯੰਗ ਜਨਰੇਸ਼ਨ ਦੇ ਜਿਹੜੇ ਸਟੂਡੈਂਟ ਜਿਹੜੇ ਆਲੇ ਪੜ ਰਹੇ ਜਾਂ 4th ਇਅਰ ਦੇ ਚੈ ਜਾਂ ਫਾਈਨਲ ਇਅਰ ਦੇ ਚੈ ਕਿ ਨਾਨੂ ਕੀ ਮੇ ਹੈਲਪ ਕਰੀ ਜਾਏ ਕਿ ਨਾਂ ਦਾ ਜਿਹੜਾ ਕੈਰੀਅਰ ਇੱਕ ਨਵੀਂ ਉਚਾਈ ਤੇ ਜਾਵੇ ਤੋਂ ਇਹ ਐਲਮਨਾਇ ਦਾ ਬੜੀ ਇੰਪੋਰਟੈਂਟ ਹੈ ਦਾ ਕੰਟਰੀਬਿਊਸ਼ਨ ਤੇ ਆਈਆਈਐਸਆਰ ਆਈਆਈਟੀ ਸਾਰੇ ਟੈਕਨੀਕਲ ਇੰਸਟੀਟਿਊਸ਼ਨ ਵਾਸਤੇ ਬਹੁਤ ਬੜਾ ਅਹਿਮ ਯੋਗਦਾਨ ਦੇਦੇ ਨੇ ਤੋਂ ਸਾਡੀ ਆਈਆਈਟੀ ਵਿੱਚ ਵੀ ਅਹਿਮ ਯੋਗਦਾਨ ਦੇ ਰਹੇ ਨੇ ਐਂਡ ਦੈਟਸ ਇਟਸ ਅ ਵੈਰੀ ਇੰਪੋਰਟੈਂਟ ਪਾਰਟ ਆਫ ਦਾ ਇੰਜੀਨੀਅਰਿੰਗ ਐਜੂਕੇਸ਼ਨ ਐਂਡ ਇੰਸਟੀਟਿਊਸ਼ਨ IIT Roper ਜਿੱਥੇ ਆਪਣੀਆਂ ਟੈਕਨੋਲੋਜੀ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਜਾਂ ਚੁਣੌਤੀਆਂ ਨੇ ਉਹਨਾਂ ਨੂੰ ਪੂਰਾ ਕਰ ਰਿਹਾ ਉਥੇ ਨਾਲ ਨਾਲ ਕੀ ਜਿਹੜੇ ਛੋਟੇ ਇੰਸਟੀਟਿਊਸ਼ਨ ਆ ਜਾਂ ਜਿੰਨਾ ਇੰਸਟੀਟਿਊਸ਼ਨਸ ਨੂੰ ਲੋੜ ਆ ਮਦਦ ਦੀ ਟੈਕਨੋਲੋਜੀ ਦੇ ਖੇਤਰ ਚ ਤੇ ਨੌਜਵਾਨ ਤੁਹਾਡੇ ਜਿਹੜੇ ਵਿਦਿਆਰਥੀ ਨੇ ਉਹ ਕਿਸ ਤਰ੍ਹਾਂ ਉਹਨਾਂ ਦਾ ਸਾਥ ਦੇ ਰਹੇ ਦੇਖੋ ਅਸੀਂ ਤਾਂ ਬਿਲਕੁਲ ਸਕੂਲ ਲੈਵਲ ਤੇ ਜਾ ਰਹੇ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਬੱਚੇ ਲੋਗ ਇਹਨਾਂ ਥੋੜਾ ਰਿਸਰਚ ਚ ਆਵਨ ਇਨੋਵੇਸ਼ਨ ਕਰਨ ਤੋ ਅਭੀ ਅਸੀਂ ਕੀ ਕਰਦੇ ਹਾਂ ਕਿ ਜਿਹੜੇ ਸਕੂਲ ਦੇ ਬੱਚੇ ਇੰਜਨियर 12th ਦੇ 11th ਦੇ ਬੱਚੇ ਨਾ ਨੂੰ ਅਸੀਂ ਬੋਲਦੇ ਹਾਂ ਤੁਸੀਂ ਆਈਟੀ ਰੋਪੜ ਤੇ ਆਓ ਆਈਟੀ ਰੋਪੜ ਦੀ ਲੈਬ ਦੇਖੋ ਕਿਵੇਂ ਰਿਸਰਚ ਹੁੰਦੀ ਉਹ ਦੇਖੋ ਔਰ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਜਾਂ ਸਕੂਲ ਵਿੱਚ ਪੜ੍ਹਦੇ ਹੋ ਥੋੜਾ ਆਪ ਸੋਚ ਕੇ ਕਰੋ ਕਿ ਜੇ ਕੱਲ ਨੂੰ ਐ ਨਹੀਂ ਨੂੰ ਕਰੈਮ ਕਰ ਲਿਤਾ ਸਮਝੋ ਤਾਂ ਰਿਸਰਚ ਇਨੋਵੇਸ਼ਨ ਆਏਗਾ ਤਾਂ ਅਸੀਂ ਨਾ ਨੂੰ ਜੋਰ ਦਿੰਦੇ ਹਾਂ ਕਿ ਤੁਸੀਂ ਆਪਣਾ ਬੇਸਿਕ ਸਾਇੰਸ ਤੇ ਜੋਰ ਦਿਓ ਤਾਂ ਉਸ ਔਰ ਜੇ ਫਿਰ ਦੂਜੇ ਜਿਹੜੇ ਸਾਡੇ ਇੰਸਟੀਟਿਊਸ਼ਨ ਨੇ ਆਸ-ਪਾਸ ਦੇ ਜਿਵੇਂ ਆਈਟੀਆਈ ਹੋ ਗਿਆ ਜਾਂ ਪੋਲੀਟੈਕਨਿਕ ਹੋ ਗਿਆ ਤੋ ਨਾਂਦੇੜੇ ਯੂਥ ਇਨ ਕਦੀ ਕਦੀ ਨਾਨ ਨੂੰ ਸਟੇਟ ਆਫ ਦਾ ਟੈਕਨੋਲੋਜੀ ਨਹੀਂ ਮਿਲਦੀ ਲੈਟ ਇ ਲੈਬ ਸਾਡੇ ਕੋਲ ਅਸੀਂ ਨਾਨ ਨੂੰ ਕਹਿੰਦੇ ਹਾਂ ਤੁਸੀਂ ਸਾਡੇ ਕੋਲ ਆਓ ਤੁਸੀਂ ਸਾਡੀ ਲੈਬ ਯੂਜ਼ ਕਰ ਸਕਦੇ ਹੋ ਜਿਵੇਂ ਅਸੀਂ ਨਾਂਦੇੜੇ ਦੇ ਜੋ ਟੀਚਰ ਇਨ ਨਾਨ ਵੀ ਅਸੀਂ ਟ੍ਰੇਨ ਕਰਦੇ ਹਾਂ ਕਿ ਤੁਸੀਂ ਆ ਕੇ ਮਸ਼ੀਨ ਦੇਖੋ ਨਵੀਂ ਮਸ਼ੀਨ ਦੇਖੋ ਕਿਵੇਂ ਕੰਮ ਹੁੰਦਾ ਹੈ ਤੁਸੀਂ ਤੁਸੀਂ ਵੀ ਸਿੱਖੋ ਤੇ ਦੂਜੇਨ ਜਾ ਕੇ ਫਿਰ ਆਪਣੇ ਸਟੂਡੈਂਟ ਨੂੰ ਵੀ ਸਿਖਾਓ ਤੋ ਇਸ ਤਰ੍ਹਾਂ ਸੇ ਅਸੀਂ ਇਹ ਆਈਟੀਆਈ ਤੇ ਪੋਲੀਟੈਕਨਿਕ ਦੀ ਵੀ ਅਸੀਂ ਹੈਲਪ ਕਰ ਰਹੇ ਹਾਂ ਤੇ ਫਿਰ ਦੂਜੇ ਅਸੀਂ ਸਕਿੱਲ ਡਵੈਲਪਮੈਂਟ ਦੇ ਕਾਫੀ ਕੋਰਸ ਚਲਾ ਰਹੇ ਹਾਂ ਜਿਵੇਂ ਅੱਜ ਕੱਲ ਤਾਂ ਕੰਪਿਊਟਰ ਦਾ ਜਮਾਨਾ ਹੈ ਸਾਰੇ ਲੋਕ AI ML ਦੀ ਗੱਲ ਕਰਦੇ ਸੋ ਅਸੀਂ ਨਾਨੂ ਟ੍ਰੇਨ ਕਰਦੇ ਹਾਂ ਨਾ ਸਰਟੀਫਿਕੇਟ ਕੋਰਸ ਚਲਾਉਂਦੇ ਆ ਕਿ AI ਤੇ ML AI ਦੇ ਤੇ ਮਸ਼ੀਨ ਲਰਨਿੰਗ ਇਵਨ ਇੰਟਰਨੈਟ ਆਫ ਥਿੰਗ ਨਾ IoT ਦੀ ਗੱਲ ਹੁੰਦੀ ਉਹਦੀ ਗੱਲ ਕਰਦੇ ਆ ਫਿਰ ਅਸੀਂ ਅੱਜ ਕੱਲ ਕੀ ਹੈ ਕਿ ਮੈਨੂਫੈਕਚਰਿੰਗ ਸੈਕਟਰ ਦਾ ਜ਼ਿਆਦਾ ਜੋਰ ਹੈ ਸੋ ਅਸੀਂ ਨਾਨੂ ਉਸ ਵਾਸਤੇ ਵੀ ਟ੍ਰੇਨ ਕਰ ਰਹੇ ਹਾਂ ਜਿਹੜਾ ਅੱਜ ਕੱਲ ਉਹਨੂੰ ਕਹਿੰਦੇ 3D ਪ੍ਰਿੰਟਿੰਗ ਸੋ ਤੁਸੀਂ ਸਮਾਲ ਸਮਾਲ ਡਿਵਾਈਸ ਤੁਸੀਂ ਆਪਣੇ ਲੈਬ ਹੀ ਸੀ ਬਣਾ ਸਕਦੇ ਹੋ ਸੋ ਉਹਦੇ ਤੁਸੀਂ ਕੋਈ ਫੈਕਟਰੀ ਲਗਾਉਣ ਦੀ ਜ਼ਰੂਰਤ ਨਹੀਂ ਹੈ ਸੋ ਉਹਦੇ ਵਿੱਚ ਵੀ ਟ੍ਰੇਨ ਕਰਦੇ ਆ ਕਿ ਇਹ ਯੂਥ ਨੂੰ ਕਿਵੇਂ ਟ੍ਰੇਨ ਕਰੀਏ ਕਿ ਜਦ ਜਦ ਮਾਰਕੀਟ ਵਿੱਚ ਬਿਕਾਸ ਨਾਂਦੀ ਬੜੀ ਡਿਮਾਂਡ ਹੈ ਤਾਂ ਆਸੀਂ ਉਹਨਾਂ ਨੂੰ ਟ੍ਰੇਨ ਕਰਕੇ ਮਾਰਕੀਟ ਵਿੱਚ ਭੇਜ ਦੇਈਏ ਕਿ ਇਨ ਇਨ ਸਾਰੀ ਟੈਕਨੋਲੋਜੀ ਦੇ ਜੋ ਜੀ ਸਟੇਟ ਆਫ ਦਾ ਆਰਟ ਹੈ ਤਾਂ ਇਸ ਤਰ੍ਹਾਂ ਦੇ ਨਾਨੂ ਯੂਥ ਨੂੰ ਇੱਕ ਹੈਲਪ ਕਰਦੇ ਹਾਂ ਬਿਲਕੁਲ ਜਿਸ ਤਰ੍ਹਾਂ ਅੱਜ ਦਾ ਦੌਰ ਜਿਹੜਾ ਹੈ ਪਰੰਪਰਿਕ ਵਿਦਿਆ ਤੋਂ ਐਜੂਕੇਸ਼ਨ ਤੋਂ ਥੋੜਾ ਜਿਹਾ ਹਟ ਕੇ ਸਕਿੱਲ ਡਿਵੈਲਪਮੈਂਟ ਕੋਰਸਸ ਜਿਹੜੇ ਆ ਉਹਨਾਂ ਦੇ ਲਈ ਸਾਰੇ ਇੰਸਟੀਟਿਊਸ਼ਨ ਅਧਿਲੇ ਸੁਚੇਤ ਹੋ ਰਹੇ ਆ ਤੇ ਆਈਆਈਟੀ ਰੋਪੜ ਦਾ ਕਿਉਂਕਿ ਬੁਨਿਆਦੀ ਜਿਹੜਾ ਇਹਨਾਂ ਦਾ ਹੈ ਜੋ ਕੋਰਸਸ ਨੇ ਉਹ ਸਾਰੇ ਵਿਦਿਆਰ ਹੁਨਰਮੰਦ ਬਣਾਉਂਦੇ ਆ ਤੇ ਇਹ ਹੁਨਰਮੰਦ ਵਿਦਿਆਰਥੀ ਜਿਹੜੇ ਆ ਜਾਂ ਜਿਹੜੇ ਸਕਿਲਡ ਵਿਦਿਆਰਥੀ ਆ ਜਦੋਂ ਆਪਣੇ ਦੇਸ਼ ਦੇ ਲਈ ਕੁਝ ਬਿਹਤਰ ਕਰਦੇ ਆ ਤਾਂ ਉਹਦੇ ਨਾਲ ਹੋਰ ਜ਼ਿਆਦਾ ਦੇਸ਼ ਦੇ ਤਰੱਕੀ ਹੁੰਦੀ ਆ ਸਿ ਇਹ ਸਭ ਜਾਣਦੇ ਆ ਪਰ ਡਾਕਟਰ ਸਾਹਿਬ ਜਿਸ ਤਰ੍ਹਾਂ ਅੱਜ ਕੱਲ ਨੌਜਵਾਨਾਂ ਦੇ ਵਿੱਚ ਤਣਾਅ ਵਧ ਰਿਹਾ ਸਟ्रेस ਵਧ ਰਿਹਾ ਉਸ ਸਟ्रेस ਨੂੰ ਦੂਰ ਕਰਨ ਵਾਸਤੇ ਉਹਨਾਂ ਦੀ ਸ਼ਖਸੀਅਤ ਦੇ ਅੰਦਰੋਂ ਇੱਕ ਜਿਹੜੀ ਉਹਨਾਂ ਦੀ ਹੁੰਦੀ ਆ ਅੰਦਰੂਨੀ ਸ਼ਕਤੀ ਮਾਨ ਦੀ ਸ਼ਕਤੀ ਉਹਨੂੰ ਪੈਦਾ ਕਰਨ ਲਈ ਵੀ ਕਦੇ-ਕਦੇ ਕੋਈ ਇਦਾਂ ਦਾ ਕੋਰਸ ਸ਼ੁਰੂ ਕਰਦੇ ਹੋ। ਨਹੀਂ ਅਸੀਂ ਸਾਡੇ ਅਸੀਂ ਤੁਹਾਨੂੰ ਦੱਸਿਆ ਕਿ 1.5 ਕੋਲ ਦਾ ਕੋਰਸ ਜੇ ਇੰਡੀਅਨ ਨੋਲਿਜ ਸਿਸਟਮ ਦੇ ਉੱਤੇ ਕਿ ਆਪ ਨੂੰ ਸਟ्रेस ਕਿਵੇਂ ਦੂਰ ਕਰਨਾ ਹੈ ਜਿਵੇਂ ਯੋਗਾ ਨਾਲ ਵੀ ਹੁੰਦਾ ਦੂਰ ਹੁੰਦਾ ਹੈ ਐਂਡਾਨੂੰ ਇਸ ਸਪਿਰਚੁਅਲ ਲੈਕਚਰ ਦੇ ਬਾਰੇ ਵਿੱਚ ਕੁਝ ਦੱਸਦੇ ਆ ਕਿ ਖਾਲੀ ਪੜ੍ਹਾਈ ਇੰਪੋਰਟੈਂਟ ਨਹੀਂ ਹੈ। ਤੁਸੀਂ ਜਦੋਂ ਉਹ ਸਟੂਡੈਂਟ ਸਟੂਡੈਂਟ ਨਾਲ ਮਿਲਦਾ ਹੈ ਤਾਂ ਉਹ ਖਾਲੀ ਪੜਾਈ ਦੀ ਨਹੀਂ ਗੱਲ ਕਰੇਗਾ ਜਿਵੇਂ ਸਪੋਰਟਸ ਕਰੇਗਾ ਤਾਂ ਸਪੋਰਟਸ ਦੇ ਵਿੱਚ ਵੀ ਥੋੜਾ ਜਾਏਗਾ ਜਾਂ ਜਾਂ ਯੋਗਾ ਕਰੇਗਾ ਤਾਂ ਮਾਨਸਿਕ ਤਣਾਅ ਵੈਸੇ ਕੰਮ ਹੁੰਦਾ ਹੈ ਔਰ ਸਾਡੇ ਕੋਲ ਜਿਹੜੇ ਟੀਚਰ ਹੁੰਦੇ ਨੇ ਅਸੀਂ ਉਹਨੂੰ ਨਾ ਨੂੰ ਨਾ ਦਾ ਇਹ ਵੀ ਰੋਲ ਹੈ ਕਿ ਖਾਲੀ ਉਹਨਾਂ ਨੂੰ ਪੜਾਉਣਾ ਨਹੀਂ ਹੈ ਨਾ ਨੂੰ ਗਾਈਡ ਕਰਨਾ ਹੈ ਪਰਸਨਲ ਅਲਸੋ ਵੀ ਗਾਈਡ ਕਰਨਾ ਹੈ ਤਾਂ ਅਸੀਂ ਉਹਨਾਂ ਨੂੰ ਬੋਲਦੇ ਹਾਂ ਬੈਚ ਐਡਵਾਈਜ਼ਰ ਬੋਲਦੇ ਹਾਂ ਅਸੀਂ ਤਾਂ ਜੇ ਨੂੰ ਸਟੂਡੈਂਟ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਪਰਸਨਲ ਪ੍ਰੋਬਲਮ ਹੋਵੇ ਜਾਂ ਸਬਜੈਕਟ ਦੀ ਪ੍ਰੋਬਲਮ ਹੈ ਤਾਂ ਬੈਚ ਐਡਵਾਈਜ਼ਰ ਕੋਲ ज जो फैकल्टी मैंबर ही आ जाके उन्होंने समझाते हैं कि असं तो इंज करना पढ़ाई से ज़्यादा जा ज्यादा स्ट्रैस लैन की जरूरत नहीं है कि अच्छे नंबर मार्क्स काम आए हैं तो वे स्ट्रैस लैन की कोई जरूरत नहीं है तुम अगर एग्जाम तो अच्छा करते हो क्योंकि आई आई टी तो कंटिन्यूस एग्जाम चलते रहते एक एग्जाम खराब हो जाते कोई फर्क नहीं पैदा है ना तो इस तरह के स्ट्रैस न किमें रिलीज़ कर फैकल्टी का किमें रोल है और ਐਡਮਿਨਿਸਟ੍ਰੇਸ਼ਨ ਦਾ ਕਿਵੇਂ ਰੋਲ ਹੈ ਕਿਵੇਂ ਉਹਨੂੰ ਹੈਲਪ ਕਰਦੇ ਆ ਅਸੀਂ ਕਿਉਂਕਿ ਸਟ्रेस ਅੱਜਕੱਲ ਯੰਗ ਜਨਰੇਸ਼ਨ ਇਜ਼ ਕਾਫੀ ਹੈ ਬਿਕਾਸ ਇਹ ਸਟ्रेस ਜੜਾ ਹੈ ਕਿ ਇਹ ਕੇਵਲ ਆਪਣੇ ਹਾਂ ਰੋਜ਼ ਕੇਵਲ ਪੈਰੈਂਟਸ ਦੇ ਵੀ ਸਟ्रेस ਹੁੰਦਾ ਬੱਚਿਆਂ ਨੂੰ ਪਰ ਕਈ ਵਾਰੀ ਵਿਦਿਆਰਥੀ ਨਾ ਆਪਣੇ ਨਤੀਜਿਆਂ ਨੂੰ ਲੈ ਕੇ ਸਟ्रेस ਨੂੰ ਲੈ ਕੇ ਬਹੁਤ ਚਿੰਤਾ ਦੁੰਦੇ ਆ ਕਈ ਭਵਿੱਖ ਨੂੰ ਲੈ ਕੇ ਚਿੰਤਾ ਦੁੰਦੇ ਆ ਤੇ ਬਹੁਤ ਚੰਗੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਕੱਢੀਏ ਇਸ ਚੀਜ਼ ਤੋਂ ਨਹੀਂ 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 ਅਸੀਂ ਉਹਦੇ ਵਾਸਤੇ ਤੁਸੀਂ ਯਤਨ ਕਰਦੇ ਸੋ ਅਸੀਂ ਅਸੀਂ ਕੀ ਕਰਨਾ ਹੈ ਕਿ ਨਨ बोलते हैं कि मार्क्स इंपोर्टेंट नहीं है तो अनु नॉलेज होनी चाहिए जब नॉलेज होएगी तो अनु कोई जॉब मिलने तो कोई नहीं रोक सकता हर जगह मार्क्स काम नहीं करते ना नॉलेज होनी चाहिए तो इसी पूरे पूरा विश्व खुले हुए हैं थोड़े बस हूँ ऐ नहीं है कि आ तो इंडिया ची तो काम करना तो इस विदेश भी जाके काम कर सकते तो ग्लोबल सिटीजन हो है तो मार्क्स न खाली जिंदगी खत्म नहीं होंगी है कि अच्छा नॉलेज है तो कितने भी सर्वाइव कर सकते ਔਰ ਇਸ ਸਮੇਂ ਦੀ ਲੋੜ ਹੈ ਕਿ ਅਸੀਂ ਨੌਜਵਾਨ ਪੀੜੀ ਨੂੰ ਇਸ ਵਾਸਤੇ ਉਤਸ਼ਾਹਿਤ ਕਰੀਏ ਕਿ ਜੇ ਅੱਜ ਕੋਈ ਫੇਲਿਅਰ ਹੈ ਤੇ ਕੱਲ ਨੂੰ ਸਫਲਤਾ ਮਿਲ ਸਕਦੀ ਹੈ वेरी वेरी ट्रू ਐਕਚੁਅਲੀ ਮੈਂ ਤੁਹਾਨੂੰ ਆਪਣਾ ਕਿੱਸਾ ਦੱਸਣਾ ਚਾਹੁੰਦਾ ਕਿ ਸਾਡੇ ਬੈਚ 'ਚ ਜਿਹੜਾ ਸਾਡੇ ਨੂੰ ਜਿੰਨੂੰ ਸਾਰੇ ਤੋਂ ਜ਼ਿਆਦਾ ਕੰਮ ਮਾਰਕ ਮਿਲੇ ਸੀ ਉਹ ਹੁਣ ਸਭ ਤੋਂ ਵੱਡਾ ਉਹਦੀ ਕੰਪਨੀ ਹੈ ਤੁਸੀਂ ਇਸੇ ਨਾਲ ਕਹਿੰਦੇ ਕਿ ਜੋ ਨੰਬਰਾਂ ਨਾਲ ਵੱਡੀ ਵੱਡੀ ਕੰਪਨੀਆਂ ਨਹੀਂ ਬਣਦੀਆਂ ਜਿਹੜੇ 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 ਨੰਬਰ ਜਿਹੜੇ ਬੈਗ ਵੈਂਚਰ ਹੁੰਦੇ ਨੇ ਵੱਡੀ ਵੱਡੀ ਕੰਪਨੀਆਂ ਉਹ ਹੀ ਬਣਾਉਂਦੇ ਬਿਲਕੁਲ ਮਤਲਬ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਜੇ ਪਰਸਨੈਲਿਟੀ ਡਿਵੈਲਪਮੈਂਟ ਕਰਨੀ ਹੈ ਬੱਚੇ ਦੀ ਤੇ ਉਹਦੀ ਸਿਰਫ ਪੜ੍ਹਾਈ ਨਾਲ ਨਹੀਂ ਉਹਦੀ ਮੈਂਟਲ ਹੈਲਥ ਵੀ ਵਧੀਆ ਹੋਏਗੀ ਤੇ ਤਾਂ ਹੀ ਉਹਨੂੰ ਅਸੀਂ ਬਿਹਤਰ ਬਣਾ ਸਕਦੇ ਹਾਂ ਤੇ ਤੁਸੀਂ ਦੱਸਿਆ ਕਿ ਇਸ ਦੇ ਵਾਸਤੇ ਤੁਹਾਡਾ ਸਟਾਫ ਤੁਹਾਡੇ ਬੈਚ ਡਵਾਈਜ਼ਰ ਜਿਹੜੇ ਆ ਇਹ ਕੰਮ ਕਰਦੇ ਆ ਕਿ ਉਹਨਾਂ ਦੇ ਹੁਨਰ ਨੂੰ ਨਿਖਾਰਨ ਦੇ ਨਾਲ ਨਾਲ ਉਹਨਾਂ ਦੀ ਸ਼ਖਸੀਅਤ ਦੀ ਉਸਾਰੀ ਦੇ ਵਿੱਚ ਵੀ ਯੋਗਦਾਨ ਪਾਉਂਦੇ ਆ ਤੇ ਡਾਕਟਰ ਸਾਹਿਬ ਕਿਹੜੇ ਕਿਹੜੇ ਇਲਾਕਿਆਂ ਤੋਂ ਬੱਚੇ ਖਾਸ ਕਰਕੇ ਇਸ ਸੰਸਥਾ ਦੇ ਵਿੱਚ ਪੜ੍ਹਨ ਵਾਸਤੇ ਆਉਂਦੇ ਆ ਤੇ ਕਿਸ ਤਰ੍ਹਾਂ ਉਹਨਾਂ ਦਾ ਫਿਰ ਹੋਸਟਲ ਵਗੈਰਾ ਦੀ ਸਹੂਲਤਾਂ ਇਸਤੇਮਾਲ ਕਰਦੇ ਹਾਂ ਜੀ ਸਰ ਸਾਡੇ ਕੋਲ ਜਿਹੜਾ ਸਾੜਾ ਨਾ ਨੈਸ਼ਨਲ ਲੈਵਲ ਦਾ ਇੰਸਟੀਚਿਊਟ ਹੈ ਜੋ ਸਾਡਾ ਨੈਸ਼ਨਲ ਲੈਵਲ ਦਾ ਹੀ ਐਗਜ਼ਾਮ ਹੁੰਦਾ ਹੈ ਤਾਂ ਉਹਦੇ ਚ ਆਲਮੋਸਟ ਪੂਰੇ ਇੰਡੀਆ ਤੋਂ ਲੋਕ ਆਂਦੇ ਨੇ ਪੜਾਣ ਆਂਦੇ ਨੇ ਪਰ ਜ਼ਿਆਦਾਤਰ ਪੇਰੈਂਟਸ ਕੀ ਕਰਦੇ ਨੇ ਜਿਹੜੇ ਪੰਜਾਬ ਦੇ ਪੇਰੈਂਟਸ ਨੇ ਉਹ ਪੰਜਾਬ ਦੇ ਇੰਸਟੀਚਿਊਟ ਵਿੱਚ ਭੇਜਣਾ ਚਾਹੁੰਦੇ ਨੇ ਕਿਉਂਕਿ ਘਰ ਦੇ ਕੋਲ ਰਹਿਣਗੇ ਤਾਂ ਫਿਰ ਸਾਰੇ ਪ੍ਰਾਂਤਾਂ ਤੋਂ ਸਾਡੇ ਕੋਲ ਆਂਦੇ ਨੇ ਸੋ ਸਾਡਾ ਜਿਹੜਾ ਹੁੰਦਾ ਜਿਹੜਾ ਇੰਸਟੀਚਿਊਟ ਹੈ ਉਹ ਰੈਜ਼ੀਡੈਂਸ਼ੀਅਲ ਹੁੰਦਾ ਹੈ ਠੀਕ ਹੈ ਤਾਂ ਸਾਡੇ ਇਨ ਪ੍ਰਿੰ ਜਿਹੜੇ ਸਟੂਡੈਂਟ ਨੇ ਉਹ ਹੋਸਟਲ ਵਿੱਚ ਹੀ ਰਹਿੰਦੇ ਨੇ ਸੋ ਸਾਡੇ ਕੋਲ ਸਟੇਟ ਆਫ ਦਾ ਆਰਟ ਹੋਸਟਲ ਐਂਡ ਸਾਰੇ ਮੈਸੇਜ ਐਂਡ ਸਾਰੇ ਉਹ ਹੋਸਟਲ ਵਿੱਚ ਹੀ ਰਹਿੰਦੇ ਨੇ ਸਾਰੇ ਸਟੂਡੈਂਟ ਠੀਕ ਹੈ ਜੀ ਤੇ ਨੌਜਵਾਨਾਂ ਦਾ ਹੁਨਰ ਨਿਖਾਰਨ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਹੋਰ ਕਿਹੜੀਆਂ ਕਿਸ ਤਰ੍ਹਾਂ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਆ ਭਈ ਜਿਹੜੇ ਸਾਡੇ ਦੇਸ਼ ਵਿੱਚ ਥੋੜਾ ਇੱਕ ਇੱਕ ਕੀ ਜਿਵੇਂ ਤੁਸੀਂ ਗੱਲ ਕੀਤੀ ਸੀ ਅਕੈਡਮੀਕ ਇੰਸਟੀਟਿਊਸ਼ਨ ਦੀ ਗੱਲ ਕਰਦੇ ਆ ਜਾਂ ਅਸੀਂ 빅빅 ਕੰਪਨੀਆਂ ਦੀ ਗੱਲ ਕਰਦੇ ਆ ਤਾਂ ਇੰਡੀਆ ਵਿੱਚ ਕੀ ਹੁੰਦਾ ਕਿ ਇੱਥੇ ਇੱਥੇ ਕੀ ਹੁੰਦਾ ਸਾਡੇ ਇੱਥੇ ਕਿ ਕੰਪਨੀ ਤੇ ਜਿਹੜਾ ਅਕੈਡੈਮਿਕ ਇੰਸਟੀਟਿਊਸ਼ਨ ਨੇ ਉਹ ਆਪਸ ਵਿੱਚ ਗੱਲ ਨਹੀਂ ਕਰਦੇ। ਹੂੰ। ਕੰਪਨੀ ਆਪਣੇ ਅਲੱਗ ਰਿਸਰਚ ਕਰਦੀ ਏ, ਇੰਸਟੀਟਿਊਸ਼ਨ ਆਪਣਾ ਅਲੱਗ ਰਿਸਰਚ ਕਰਦੇ। ਤਾਂ ਸਾਨੂੰ ਦੋਨਾਂ ਨੂੰ ਇੱਕ ਪਲੇਟਫਾਰਮ ਤੇ ਲੈ ਆ ਕੇ ਆਣਾ ਹੈ। ਬਿਲਕੁਲ। ਭਈ ਜਿਹੜਾ ਵੀ ਅਸੀਂ ਇੰਜੀਨੀਅਰ ਬਣਾਵਾਂਗੇ ਉਹ ਬਾਅਦ ਜਾ ਕੇ ਤਾਂ ਕੰਪਨੀ 'ਚ ਕੰਮ ਕਰਨਾ। ਕਿਉਂ ਨਾ ਅਸੀਂ ਸ਼ੁਰੂ ਤੋਂ ਉਹਨੂੰ ਐਵੀਜੀ ਟ੍ਰੇਨਿੰਗ ਦਈਏ ਕਿ ਉਹ ਜਿਹੜਾ ਕੰਮ ਕੰਪਨੀ 'ਚ ਕਰਨ ਆਲਾ ਹੈ ਉਹਨੂੰ ਪਹਿਲੇ ਹੀ ਉਹਨੂੰ ਟ੍ਰੇਨਿੰਗ ਮਿਲ ਜਾਏ। ਠੀਕ। ਤਾਂ ਇਸ ਤਰ੍ਹਾਂ ਸੇ ਅਸੀਂ ਜਿਹੜਾ ਯੂਥ ਹੈ ਉਹ ਪਹਿਲੇ ਤੋਂ ਹੀ ਟ੍ਰੇਨ ਹੋਗਾ ਕੰਪਨੀ ਤੇ ਜਾ ਕੇ ਕੰ ਤੁਸੀਂ ਬਹੁਤ ਸਾਰੇ ਮਾਨ ਸਨਮਾਨ ਡਾਕਟਰ ਜੀਵ ਜੀ ਖੁਦ ਵੀ ਹਾਸਲ ਕੀਤੇ ਆ ਜਿਵੇਂ ਬੈਲਰ ਲੈਕਚਰਸ਼ਿਪ ਵਾਲਮਾਰਕ ਪ੍ਰਾਈਜ਼ 2011 ਚ ਇਸ ਤੋਂ ਇਲਾਵਾ ਤੁਸੀਂ ਰਾਸ਼ਟਰੀ ਅੰਤਰਰਾਸ਼ਟਰੀ ਬਹੁਤ ਸਾਰੇ ਮਾਨ ਸਨਮਾਨ ਲਏ ਆ ਤੇ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਕਿਵੇਂ ਸचेत ਕਰਦੇ ਹੋ ਕਿ ਮਾਨ ਸਨਮਾਨ ਨਾਲ ਹੌਸਲਾ ਵਧਦਾ ਆ ਤੋ ਇਸ ਖੇਤਰ ਦੇ ਵਿੱਚ ਕਿਸ ਤਰ੍ਹਾਂ ਦੇ ਕਾਰਜਕਰਨ ਇੱਕ ਸੁਨੇਹਾ ਵੀ ਆਪਣੇ ਵੱਲੋਂ ਦੇਉ ਨੌਜਵਾਨ ਪੀੜੀ ਨੂੰ ਕਿ ਉਹ ਕਿਸ ਤਰ੍ਹਾਂ ਦੇ ਕਾਰਜਕਰਨ ਕਿ ਹੁਨਰ ਵੀ ਦਿਖਾ ਰਹੇ ਤੇ ਜ਼ਿੰਦਗੀ ਨੂੰ ਵੀ ਖੂਬਸੂਰਤ ਬਣਾਉਣ ਦੇਖੋ ਜੀ ਮੈਂ ਤਾਂ ਸਾਰੇ ਸਟੂਡੈਂਟ ਨੂੰ ਇਹ ਸਲਾਹ ਦੇਣਾ ਕਿ ਤੁਸੀਂ ਮਿਲ ਕੇ ਕੰਮ ਕਰੋ ਐਜ਼ ਅ ਟੀਮ ਵਰਕ ਕਰੋ ਤਾਂ ਮਿਲ ਕੇ ਰਿਸਰਚ ਕਰੋਗੇ ਮਿਲ ਕੇ ਟੀਮ ਨਾਲ ਕੰਮ ਕਰੋਗੇ ਤੁਸੀਂ ਉਚਾਈਆਂ ਤੇ ਜਾਓਗੇ ਐਜ਼ ਅ ਇੰਡੀਵਿਜੂਅਲ ਯੂ ਕੈਨਟ ਡੂ ਐਨੀਥਿੰਗ ਸੋ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੈ ਔਰ ਰਿਸਰਚ ਕੇਵਲ ਮਿਲ ਕੇ ਹੀ ਹੁੰਦੀ ਹੈ ਕੋਲੈਬੋਰੇਸ਼ਨ ਨਾਲ ਹੀ ਹੁੰਦੀ ਹੈ ਬਹੁਤ ਸ਼ੁਕਰੀਆ ਜੀ IIT रोपड़ ਇਸ ਤਰ੍ਹਾਂ ਹੀ ਆਪਣੀਆਂ ਤਰੱਕੀਆਂ ਤੇ ਚੱਲਦਾ ਰਹੇ ਹੁਨਰ ਨਿਖਾਰਦਾ ਰਹੇ ਵਿਦਿਆਰਥੀਆਂ ਦਾ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਂਦਾ ਹੋਏ ਪਾਉਂਦਾ ਰਹੇ ਇਸੇ ਹੀ ਦੁਆ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ ਤੇ ਬਹੁਤ-ਬਹੁਤ ਡਾਕਟਰ ਜੀਵ ਅਹੋਜਾ ਜੀ ਡਾਇਰੈਕਟਰ IIT रोपड़ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਇਸ ਸਟੂਡੀਓ 'ਚ ਆਏ ਤੇ ਇਹਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ